ਬੱਚਿਆਂ ਦੀ ਟੀਚਰ ਡੇ ਵਾਸਤੇ ਤਿਆਰੀ ਹੋ ਰਹੀ ਹੈ। ਸਾਰੇ ਬੱਚਿਆਂ ਦੇ ਨਾਮ ਦੇ ਅਲੱਗ ਅਲੱਗ ਕਾਰਡ ਬਣ ਰਹੇ ਆ, ਬੜੇ ਪਿਆਰੇ ਪਿਆਰੇ ਕਾਰਡ ਆ। ਬੜੇ ਹੀ ਬੱਚੇ ਜਿਹੜੇ ਨੇ ਇੰਜੋਏ ਕਰਦੇ ਪਏ ਆ ਕਿ ਸਾਡੇ ਇਹ ਕਾਰਡ ਇਸ ਤਰ੍ਹਾਂ ਖੂਬਸੂਰਤ ਬਣ ਗਿਆ, ਇਸ ਤਰ੍ਹਾਂ ਬਣ ਗਿਆ, ਵਨ ਸਵਨੀ ਡਿਜ਼ਾਇਨ ਲਾ ਲਾ ਕੇ ਬਣਾ ਰਹੇ ਆ। ਅੱਲਾਹ ਤਾਲਾ ਬੱਚਿਆਂ ਨੂੰ ਖੁਸ਼ ਰੱਖੇ ਅਤੇ ਇਹਨਾਂ ਦੇ ਉਸਤਾਦਾਂ ਨੂੰ ਵੀ ਸਲਾਮਤ ਰੱਖੇ। ਅੱਲਾਹ ਤਾਲਾ ਇਹਨਾਂ ਨੂੰ ਤਾਲੀਮ ਦੇ ਨਾਲ ਅਤੇ ਆਪਣੀ ਤਰਬੀਅਤ ਦੇ ਉੱਤੇ ਖਾਸ ਤਵੱਜੋ ਦੇਣ ਦੀ ਤੋਫੀਕ ਦੇਵੇ। ਟੀਚਰ ਡੇ ਅਤੇ ਕਾਰਡ ਲਾਜ਼ਮ ਮਲਜ਼ੂਮ ਨਹੀਂ, ਲੇਕਿਨ ਇੱਕ ਅਹਿਸਾਸ ਹੁੰਦਾ ਜਿਹੜਾ ਇਹਨਾਂ ਵਿੱਚ ਪੈਦਾ ਕੀਤਾ ਜਾ ਰਿਹਾ। ਮੇਰੀ ਅੱਜ ਦੀ ਇਹ ਵੀਡੀਓ ਜਿਹੜੀ ਹੈ ਸਪੈਸ਼ਲੀ ਅਸਾਤਿਜ਼ਾ ਇਕਰਾਮ, ਟੀਚਰਸ, ਲੋਕ ਇਹਨਾਂ ਦੇ ਨਾਮ ਇਹਨਾਂ ਨੂੰ ਡੈਡੀਕੇਟ ਕਰਦਾ ਜਿਨ੍ਹਾਂ ਨੇ ਸਾਨੂੰ ਅੱਜ ਜ਼ਮੀਨ ਤੋਂ ਚੁੱਕ ਕੇ ਉੱਤੇ ਤੱਕ ਲਿਆਂਦਾ। ਅਸੀਂ ਬਹੁਤੇ ਉੱਤੇ ਤਾਂ ਨਹੀਂ ਗਏ, ਲੇਕਿਨ ਜਿੱਥੇ ਤੱਕ ਵੀ ਗਏ ਹਾਂ ਇਹਨਾਂ ਉਸਤਾਦਾਂ ਦੀ ਮਿਹਰਬਾਨੀ ਦੇ ਨਾਲ। ਅਸਲਾਮ ਵਾਲੇਕੁਮ ਗਾਇਜ਼, ਅੱਜ ਟੀਚਰ ਡੇ ਆ, ਹਮ ਸਭ ਨੇ ਕਾਰਡ ਬਣਾਏ ਟੀਚਰ ਕੇ ਲਈ। ਹੈਪੀ ਟੀਚਰ ਡੇ। ਹੈਪੀ ਟੀਚਰ ਡੇ। ਹੈਪੀ ਟੀਚਰ ਡੇ। ਹੈਪੀ ਟੀਚਰ ਡੇ। ਅੱਬਾ ਹਮ ਤਿਆਰੀ ਕਰ ਰਹੀ ਹਾਂ, ਹਮ ਜਾ ਰਹੇ ਹਾਂ ਸਕੂਲ। ਅੱਲਾ ਹਾਫਿਜ਼। ਬਾਏ ਬਾਏ। ਅੱਜ ਟੀਚਰ ਡੇ ਦੇ ਹਵਾਲੇ ਦੇ ਨਾਲ ਸਾਡੇ ਬੱਚਿਆਂ ਨੇ ਕਾਰਡ ਬਣਾਏ ਆਪਣੇ ਟੀਚਰ ਨੂੰ ਆਪਣੀ ਵਿਸ਼ਿਜ਼ ਦੇਣ ਵਾਸਤੇ, ਆਪਣੀ ਨੇਕ ਤਮੰਨਾਵਾਂ ਦੇਣ ਵਾਸਤੇ। ਉਹਨਾਂ 'ਤੇ ਲਿਖ ਕੇ ਉਹ ਲੈ ਕੇ ਗਏ ਟੀਚਰ ਵਾਸਤੇ। ਅਤੇ ਇਹਨਾਂ ਚੀਜ਼ਾਂ ਦੇ ਨਾਲ ਅੱਜ ਦਾ ਜਿਹੜੇ ਬੱਚੇ ਜਿਹੜੇ ਬੜੇ ਖੁਸ਼ ਹੋ ਕੇ ਗਏ ਆ ਆਪਣੀ। ਅਸਲਾਮ ਵਾਲੇਕੁਮ, ਤੁਹਾਨੂੰ ਅਮਾਰਤ ਬਲਾਗ 'ਚ ਖੁਸ਼ ਆਮਦੇ। ਅੱਲਾਹ ਤਾਲਾ ਦੀ ਬਾਰਗਾਹ 'ਚ ਮੈਂ ਦੁਆ ਗਾਉਣਾ ਕਿ ਅੱਲਾਹ ਤਾਲਾ ਤੁਹਾਨੂੰ ਆਪਣੀ ਮਾਂ 'ਚ ਰੱਖੇ, ਖੁਸ਼ ਰੱਖੇ, ਸਦਾ ਹੱਸਦਾ ਵਸਦਾ ਰੱਖੇ। ਤੁਹਾਡੇ ਮਸਲੇ ਮਸਾਇਲ, ਪਰੇਸ਼ਾਨੀਆਂ, ਦਿਲੀ ਹਾਜਾਤ, ਨੇਕ ਖਵਾਹਿਸ਼ਾਤ ਅੱਲਾਹ ਤਾਲਾ ਕਬੂਲ ਫਰਮਾਏ। ਔਰ ਅਗਰ ਕੋਈ ਤੁਹਾਡੇ ਦਿਲ 'ਚ ਐਸੀ ਖਵਾਹਿਸ਼ ਹੈ ਜਿਹੜੀ ਤੁਹਾਡੇ ਵਾਸਤੇ ਨੁਕਸਾਨਦੇਹ ਜਾਂ ਫਾਇਦੇਮੰਦ ਨਹੀਂ ਹੈਗੀ, ਅੱਲਾਹ ਤਾਲਾ ਉਹ ਖਵਾਹਿਸ਼ ਨੂੰ ਪੂਰੀ ਨਾ ਕਰੇ, ਲੇਕਿਨ ਉਹਦੇ ਬਦਲੇ ਤੁਹਾਡੇ ਵਾਸਤੇ ਕੋਈ ਉਹ ਕੰਮ ਦੇ ਦੇਵੇ, ਤੁਹਾਨੂੰ ਉਹ ਫਾਇਦਾ ਦੇਵੇ ਜਿਹੜਾ ਤੁਹਾਡੇ ਵਾਸਤੇ ਦੁਨੀਆ ਦੇ ਆਖਰਤ ਦੇ ਵਿੱਚ ਫਾਇਦੇਮੰਦ ਹੋਵੇ। ਅੱਜ ਦਾ ਇੱਕ ਟੋਪਿਕ, ਅੱਜ ਦੇ ਦਿਨ ਦੇ ਹਵਾਲੇ ਦੇ ਨਾਲ। ਅੱਜ ਦਾ ਦਿਨ ਅਸੀਂ ਕਿਉਂ ਮਨਾ ਰਹੇ ਹਾਂ, ਇਹਦੀ ਕੀ ਅਹਿਮੀਅਤ ਆ, ਇਹਦੇ ਵਾਸਤੇ ਮੈਂ ਸਟਾਰਟਿੰਗ ਤੋਂ ਵਿੱਚ ਤੁਹਾਡੇ ਅੱਗੇ ਇੱਕ ਸ਼ੇਅਰ ਅਰਜ਼ ਕਰਦਾ। ਹਮਾਰੇ ਦਰਸਗਾਹ ਮੇਂ ਯੇ ਜੋ ਉਸਤਾਦ ਹੋਤੇ ਹੈਂ, ਹਕੀਕਤ ਮੇਂ ਯਹੀ ਕੌਮ ਕੀ ਬੁਨਿਆਦ ਹੋਤੇ ਹੈਂ। ਸੁਨੇ ਜਬ ਆਪ ਕੋਈ ਰੁਦਾਦ, ਕਿਸੀ ਕੀ ਕਾਮਯਾਬੀ ਕੀ, ਹਰ ਇੱਕ ਕਾਮਯਾਬੀ ਮੇਂ ਯੇ ਮਰਕਜ਼ੀ ਕਿਰਦਾਰ ਹੋਤੇ ਹੈਂ। ਯਹੀ ਰੱਖਤੇ ਹੈਂ ਸ਼ਹਿਰੇ ਇਲਮ ਕੀ ਹਰ ਰਾਹ ਕੋ ਰੋਸ਼ਨ, ਹਮੇਂ ਮੰਜ਼ਿਲ ਪਰ ਪਹੁੰਚਾ ਕਰ ਬਹੁਤ ਹੀ ਸ਼ਾਦ ਹੋਤੇ ਹੈਂ। ਇਸ ਸ਼ੇਅਰ ਤੋਂ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਿ ਮੇਰਾ ਅੱਜ ਦਾ ਟੋਪਿਕ ਕੀ ਆ। ਅੱਜ ਦਾ ਟੋਪਿਕ ਅੱਗੇ ਚੱਲਣ ਤੋਂ ਪਹਿਲੇ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦਾ ਕਿ ਤੁਸੀਂ ਮੇਰੇ ਵੀਡੀਓਜ਼ ਨੂੰ ਚੈਨਲ ਥੋੜ੍ਹਾ ਸਪੋਰਟ ਕਰਿਆ ਕਰੋ, ਮੇਰੇ ਚੈਨਲ ਨੂੰ ਲਾਈਕ ਕਰ ਦਿਉ, ਸਬਸਕ੍ਰਾਈਬ ਕਰ ਦਿਉ, ਮੇਰੀ ਵੀਡੀਓਜ਼ ਨੂੰ ਦੇਖਿਆ ਕਰੋ। ਅਗਰ ਕੋਈ ਮੇਰੇ ਵਾਸਤੇ ਮਸ਼ਵਰਾ ਹੋਵੇ ਤੁਹਾਡਾ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ, ਤਾਂ ਕਿ ਮੈਂ ਤੁਹਾਡੇ ਮਸ਼ਵਰਿਆਂ 'ਤੇ ਅਮਲ ਕਰਾਂ, ਆਪਣੇ ਵੀਡੀਓਜ਼ ਨੂੰ ਹੋਰ ਬਿਹਤਰ ਕਰ ਸਕਾਂ। ਕਿਉਂਕਿ ਮਸ਼ਵਰੇ ਤੋਂ ਬਗੈਰ ਬੰਦਾ ਅਧੂਰਾ ਹੁੰਦਾ, ਔਰ ਬੰਦਾ ਸ਼ੁਰੂ ਤੋਂ ਲੱਗ ਕੇ ਐਂਡ ਤੱਕ, ਗੋਦ ਤੋਂ ਗੋਦ ਤੱਕ ਸਿੱਖਦਾ ਹੀ ਰਹਿੰਦਾ। ਅਤੇ ਮੈਂ ਵੀ ਇਨਸ਼ਾ ਅੱਲਾਹ ਤੁਹਾਡੇ ਮਸ਼ਵਰੇ ਤੋਂ ਫਾਇਦਾ ਚੁੱਕੂੰਗਾ। ਅੱਜ ਦਾ ਦਿਨ ਸਾਡੇ ਉਸਤਾਦਾਂ ਦੇ ਨਾਮ, ਜਿਨ੍ਹਾਂ ਨੇ ਸਾਨੂੰ ਬਾਪ ਸਾਡਾ ਜਿਹੜਾ ਹੁੰਦਾ ਉਂਗਲੀ ਪਕੜ ਕੇ ਚੱਲਣਾ ਸਿਖਾਉਂਦਾ, ਉਸਤਾਦ ਸਾਡਾ ਹੱਥ ਪਕੜ ਕੇ ਸਾਨੂੰ ਲਿਖਣਾ ਪੜ੍ਹਨਾ ਸਿਖਾਉਂਦਾ, ਦੁਨੀਆ ਦੇ ਇਸਰਾਰੋ ਰਮੋਜ਼ ਉਹ ਸਾਨੂੰ ਸਿਖਾਉਂਦਾ, ਦੁਨੀਆ ਦੇ ਉੱਤੇ ਕਿਸ ਤਰ੍ਹਾਂ ਅਸੀਂ ਜ਼ਿੰਦਗੀ ਗੁਜ਼ਾਰਨੀ ਹੈ, ਕਿਵੇਂ ਤਰੱਕੀ ਲੈਣੀ ਹੈ, ਕਿਵੇਂ ਅਸੀਂ ਕੰਮ ਕਰਨਾ, ਅੱਛੇ ਇਨਸਾਨ ਦੀ ਹੈਸੀਅਤ ਦੇ ਨਾਲ ਇਹ ਸਾਨੂੰ ਸਾਡਾ ਉਸਤਾਦ ਦੱਸਦਾ। ਕੋਈ ਵੀ ਮਾਸ਼ਰਾ ਉਸ ਟਾਈਮ ਤੱਕ ਤਰੱਕੀ ਨਹੀਂ ਕਰ ਸਕਦਾ ਜਿਸ ਟਾਈਮ ਤੱਕ ਉਹ ਲੋਕ, ਉਸ ਮਾਸ਼ਰੇ ਦੇ ਲੋਕ ਆਪਣੇ ਉਸਤਾਦ ਦੀ ਇੱਜ਼ਤ ਨਹੀਂ ਕਰਦੇ, ਕਦਰ ਨਹੀਂ ਕਰਦੇ, ਤਾਲੀਮ ਦੇ ਨਾਲ ਮੁਸਤਫੀਦ ਨਹੀਂ ਹੁੰਦੇ। ਤਾਲੀਮ, ਤਾਲਮ, ਉਸਤਾਦ ਦੀ ਸ਼ਾਗਿਰਦੀ, ਇਹ ਇੱਕ ਤਰੱਕੀ ਵਾਸਤੇ
बहुत ही जरूरी चीज़ है। उस्ताद है किसी भी मुआशरे वास्ते एक रीढ़ की हड्डी होता है। आज तक दुनिया से ऐसी कोई भी कौम नहीं गुजरी जिन्हें तालीम तो बगैर तरक्की की हो। साडे इस्लाम उदी बुनियाद जिस टाइम आई अल्लाह ताला ने साडे नबी सल्लल्लाहु अलैहि वसल्लम नूं भी कहा इकरा पढ़ने का हुक्म दिता। मदीना शरीफ जाके जो इस्लामी रियासत की बुनियाद रखी उत्थे भी सुफा दी अकैडमी बनाई, तालीम का उत्थों काम भी शुरू किया। कोई भी चीज़ साढ़े जड़े ना जिंदगी तो ना हो गुजारा हो सकता है किसी भी माशरे का, लेकिन तालीम तो बगैर किसी भी किस्म की तरक्की मुमकिन नहीं हैगी। तरक्की तालीम के नाल इस तरह ही लाजम मलजूम है जिवें साडी जिंदगी सावां दे नाल लाजम मलजूम है। सानू चाहिए असी खुद भी जिन्नी जिंदगी हैगी है सीखिए पढ़िए इलम हासिल करिए, अपने बच्चों भी इलम की रोशनी इलम का जेवर दईए, असी ज़्यादा तो ज़्यादा इलम नू प्रमोट करिए। और उस्ताद जड़े आते साडे उस्ताद ग्राम उन्होंने इज्जत करिए, क्योंकि जिंदे तक असी अपने उस्ताद की इज्जत नहीं करांगे तो असी सही मायने दे विच तालीम हासिल नहीं कर सकांगे, असी दुनिया दे विच सुरखरू नहीं होवांगे। दुनिया ते आखरत दी कामयाबियां इलम हासिल करने नाल दुनियावी इलम और दीनी इलम दोनों इलम जिहड़े बंदे दे कोल होणगे अल्लाह ताला उन्हें बहुत ज़्यादा तरक्कियां देगा। अल्लाह ताला को दुआ करते हैं कि सानू ज़्यादा तो ज़्यादा वह इलम दवे जो साडे वास्ते दीन वास्ते दुनिया वास्ते दोनों मामलात वास्ते ज़्यादा बेहतर हो, सानू फायदा दवे, सानू उस इलम के उत्ते अमल करने की तौफीक भी दे।